ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਜਦ ਪ੍ਰਧਾਨ ਬਣੂਗਾ ਤੇ ਆਪਣਾ ਘਰ ਠਿਕਾਣਾ ਜਿਹੜਾ ਹੈ ਉਹ ਕਾਂਗਰਸ ਆਫਿਸ ਦਾ ਹੈ ਉਹ ਹੋਏਗਾ ਤੇ ਉਸੇ ਤਰੀਕੇ ਨਾਲ ਜਿਹੜਾ ਹੈ ਉਹ ਘਰ ਵੀ ਬਣ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੋਫਾ ਵੀ ਲੱਗ ਚੁੱਕਿਆ ਬੈੱਡ ਵੀ ਲੱਗ ਚੁੱਕਿਆ ਹੁਣ ਨਵਜੋਤ ਸਿੰਘ ਸਿੱਧੂ ਦਾ ਨਵਾਂ ਨਿਵਾਸ ਜਿਹੜਾ ਹੈ ਉਹ ਇੱਥੇ ਹੋਏਗਾ ਜੇ ਸਰ ਗੱਲ ਕਰੀਏ ਕਿਉਂਕਿ ਤੁਸੀਂ ਵੀ ਜਿਹੜਾ ਹੈ ਬੁਲਾਰੀ ਜੀ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਹੁਣ ਤਿਆਰੀ ਜਿਸ ਤਰੀਕੇ ਨਾਲ ਹੈ ਹੁਣ ਇੱਥੇ ਹੀ ਰਹਿਣ ਦਾ ਇਰਾਦਾ ਹੈ ਉਸ ਤੋਂ ਬਾਅਦ ਅੱਗੇ ਦੀ ਤਿਆਰੀ ਇੱਥੋਂ ਹੀ ਸ਼ੁਰੂ ਕੀਤੀ ਜਾਏਗੀ ਮਤਲਬ ਚੋਣ ਜਿਹੜੀ 2022 ਦੀ ਇੱਥੋਂ ਹੀ ਰਣਨੀਤੀ ਤਿਆਰ ਕੀਤੀ ਜਾਇਆ ਕਰੇਗੀ ਦੇਖੋ ਨਵਜੋਤ ਸਿੰਘ ਸਿੱਧੂ ਦਾ ਬਿਸਤਰਾ ਕਈਆਂ ਦੇ ਬਿਸਤਰੇ ਗੋਲ ਕਰੇਗਾ ਔਰ ਅੱਜ ਇੱਥੇ ਆ ਕਦਮ ਚੁੱਕਣਾ ਜੋ ਕਿਹਾ ਸੀ ਉਹ ਕਰਕੇ ਦਿਖਾਤਾ ਕਹਿਣੀ ਔਰ ਕਥਨੀ ਦੇ ਪੱਕੇ ਸਰਦਾਰ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਜਿੱਦਣ ਕਾਂਗਰਸ ਪਾਰਟੀ ਦਾ ਕਾਰਜਭਾਰ ਸੰਭਾਲਿਆ ਸੀਗਾ ਉਦਣ ਇਹ ਐਲਾਨ ਕੀਤਾ ਸੀਗਾ ਕਿ 15 ਅਗਸਤ ਵਾਲੇ ਦਿਨ ਤੋਂ ਪਹਿਲਾਂ ਆਜ਼ਾਦੀ ਦੇ ਦਿਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਬਿਸਤਰਾ ਇੱਥੇ ਲੱਗੇਗਾ ਔਰ ਅੱਜ ਇਹ ਕਰਕੇ ਦਿਖਾ ਦਿੱਤਾ ਹੈ ਇਹ ਜਿੱਥੇ ਉਹਨਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਉੱਥੇ ਉਹਨਾਂ ਦੀ ਕਮਿਟਮੈਂਟ ਟੂਵਰਡਸ ਦੀ ਵਰਕਰ ਜੋ ਕਾਂਗਰਸ ਪਾਰਟੀ ਦੇ ਵਰਕਰ ਦੇ ਨਾਲ ਕਮਿਟਮੈਂਟ ਹੈ ਇਹ ਉਹਦੇ ਉੱਤੇ ਵੀ ਮੋਹਰ ਲਗਾਉਂਦਾ ਹੈ ਪਰ ਬੁਲਾਈਆ ਜੀ ਬੈੱਡ ਤਾਂ ਇੱਥੇ ਲੱਗ ਗਿਆ ਘਰ ਇੱਥੇ ਬਣ ਗਿਆ ਰਹਿਣਗੇ ਇੱਥੇ ਉਹ ਜ਼ਰੂਰ ਦੇਖਣਾ ਹੋਏਗਾ ਕਿੰਨੇ ਸਮੇਂ ਤੱਕ ਰਹਿਣਗੇ ਕਿੰਨੇ ਦੇਰ ਤੱਕ ਰਿਹਾ ਕਰਨਗੇ ਇਹ ਜ਼ਰੂਰ ਦੇਖਣਾ ਹੋਏਗਾ ਕਿਉਂਕਿ ਜ਼ਿਆਦਾਤਰ ਤਾਂ ਹਲਕੇ 'ਚ ਰਹਿਣਗੇ ਜਾਂ ਫਿਰ ਪੰਜਾਬ 'ਚ ਰਹਿਣਗੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਦੇਖੋ ਹਰ ਚੀਜ਼ ਦੀ ਇੱਕ ਸਟੇਜ ਆਉਂਦੀ ਹੈ ਹਰ ਸਟੇਜ ਦੇ ਉੱਤੇ ਜਿਹੜਾ ਪੋਲੀਟੀਸ਼ੀਅਨ ਹੈ ਉਹਨੂੰ ਹਰ ਸਟੇਜ ਦੇ ਉੱਤੇ ਵੱਖਰੇ ਟਾਈਮ ਦੇ ਉੱਤੇ ਵੱਖਰੇ ਵੱਖਰੇ ਕੰਮ ਕਰਨੇ ਪੈਂਦੇ ਨੇ ਜਿੱਥੇ ਪਾਰਟੀ ਪ੍ਰਧਾਨ ਨੂੰ ਬਤੌਰ ਪ੍ਰੈਜ਼ੀਡੈਂਟ ਇੱਥੇ ਰਹਿ ਕੇ ਕਾਂਗਰਸ ਦੇ ਵਰਕਰਾਂ ਨੂੰ ਮਿਲਣਾ ਪਰ ਉਹਦੇ ਨਾਲ ਨਾਲ ਫੀਲਡ ਵਿੱਚ ਜਾ ਕੇ ਪੰਜਾਬ ਔਰ ਪੰਜਾਬੀ ਇੱਕ ਇੱਕ ਪੰਜਾਬੀ ਦੀ ਨਬਜ਼ ਨੂੰ ਵੀ ਜਾਣਨਾ ਪਛਾਣਨਾ ਹੈ ਔਰ ਫੀਲਡ ਦਾ ਕੰਮ ਵੀ ਹੋਏਗਾ ਦਫ਼ਤਰ ਦਾ ਕੰਮ ਵੀ ਹੋਏਗਾ ਇੱਕ ਚੰਗਾ ਬੈਲੈਂਸ ਬਣਾ ਕੇ ਆਉਣ ਵਾਲੀ ਜਿਹੜੀ 2022 ਦੀ ਚੋਣ ਦੇ ਵਿੱਚ ਇਹ ਤੁਸੀਂ ਵੇਖੋਗੇ ਕਿ ਪ੍ਰਧਾਨ ਸਾਹਿਬ ਜ਼ਮੀਨ 'ਤੇ ਵੀ ਵੇਖਣਗੇ ਧਰਾਤਲ 'ਤੇ ਵੀ ਵੇਖਣਗੇ ਔਰ ਦਫ਼ਤਰ 'ਚ ਵੀ ਵੇਖਣਗੇ ਕੈਮਰਾਮੈਨ ਅਸ਼ਵਨੀ ਮਨਹਾਸ ਦੇ ਨਾਲ ਬਜ਼ਮ ਵਰਮਾ ਜ਼ੀ ਮੀਡੀਆ ਚੰਡੀਗੜ੍ਹ